ਸਕਦਾ। ਅੱਲਾਹੁ ਅਕਬਰ। ਹਾਂ, ਜਦਾਂ ਬੇ ਔਲਾਦੀ ਦੇ ਮੌਸਮ ਆਏ, ਵੱਧ ਪਤਾ ਲੱਗ ਸੀ ਤੌਹੀਦ ਵਿੱਚ ਖਾਲਿਸ ਕਿਤਨਾ ਹੈ। ਕਹਿੰਦੇ ਦੁਨੀਆਦਾਰ ਦੇ ਦਰਵਾਜ਼ੇ ਤੇ ਝੁਕਦੇ ਜਾਂ 14 ਦਾ ਵਸੀਲਾ ਦੇ ਕੇ ਉਹਦੀ ਬਾਰਗਾਹ ਚੋਂ ਮੰਗਦੇ ਜੈ ਬਗੈਰ ਮਾਂ ਬਾਪ ਦੇ ਆਦਮ ਖਲਕ ਫਰਮਾਏ। ਸੋਹਣਿਆ ਤਾਂ ਅਜੀਬ ਹਾਲਤ, ਨਮਾਜ਼ ਵੀ ਹੈ, ਦਾਤੁਲ ਹਨਕ ਵੀ ਹੈ, ਅਮਾਮਾ ਵੀ ਹੈ, ਬਜ਼ਮੇ ਉਲਾਮਾ ਵੀ ਹੈ, ਮਦਾਰਿਸ ਨਾਲ ਆਮਦੋ ਰਫਤ ਵੀ ਹੈ, ਇਤਿਹਾਸ ਹੀ ਬੜੀ ਕਰੇਂਦੇ। ਜਦਾਂ ਪੁੱਤਰ ਦੀ ਸ਼ਾਦੀ ਹੋਈ ਹੈ, ਢੋਲ ਤੇ ਕੰਜਰ ਆਏ, ਵੱਧ ਬੰਦਾ ਆਖੇ ਚਾਹੋ ਸ਼ਾਹ ਜੀ ਇਹ ਤੁਸਾਂ ਕਿਆ ਕੀਤੇ, ਉਹ ਖਾਨ ਸਾਹਿਬ ਮਲਿਕ ਸਾਹਿਬ ਤੁਸਾਂ ਤਾਂ ਵਾਜੇ ਬਾਤ ਦੇ ਪਾਬੰਦ, ਉਹ ਜੀ ਕਿਆ ਕਰੀਏ। ਆਏ ਬਾਲ ਦੇ ਨਾਨਕੇ ਨਾਨ ਮੰਦੇ ਮਾਮੇ ਲੈ ਆਏ, ਹਵੇਲੀ ਤੇਰੀ ਏ, ਘਰ ਤੇਰੇ, ਕਹਿ ਨਹੀਂ ਕਿਆ ਜੁਰਤ, ਪਹਿਲੇ ਘਰ ਤੇ ਦੀਨ ਨਾਫਿਜ਼ ਕਰ, ਤਾਂ ਕਿ ਪਤਾ ਲੱਗੇ ਅਲੀ ਦੇ ਗੁਲਾਮ ਦੀ ਸੀਰਤ ਕਿਆ। ਧੀਆਂ ਪੁੱਤਰਾਂ ਦੇ ਰਿਸ਼ਤੇ ਕਰੇ ਨੇ ਦਾਦਾ, ਮਾਮਾ ਕੌਣ ਹੁੰਦੇ, ਚਾਚਾ ਕੌਣ ਹੁੰਦੇ, ਔਲਾਦ ਮੇਰੀ ਇਹ ਫੈਸਲਾ ਮੈਂ ਕਰੇ ਸਾਂ। ਜਦੋਂ ਦੀਨ ਦੀ ਬਾਤ ਆਵੇ, ਉਹ ਜੀ ਬਾਲ ਦੀ ਮਾਸੀ ਨਹੀਂ ਮੰਦੀ, ਬਾਲ ਦਾ ਮਾਮਾ ਨਾ ਮੰਦਾ, ਹਵੇਲੀ ਮੇਰੀ। ਅੱਛਾ ਜੰਤਰੀਆਂ, ਕਿਬਲਾ ਸਾਹਿਬ, ਸ਼ਾਹ ਸਾਹਿਬ, ਖਾਨ ਸਾਹਿਬ, ਕੋਈ ਤਾਰੀਖ ਵੇਖਿਆ ਏ, ਇਹ ਧੀ ਪੁੱਤਰ ਦੀ ਸ਼ਾਦੀ ਕਰਨੀ ਹੈ, ਅਖਰਬ ਨਾ ਹੋਵੇ, ਕੋਈ ਨੇਕ ਦਿਨ, ਕੋਈ ਅੱਛਾ ਦਿਨ। ਮੈਂ ਅਦਰਾਨਾ ਹੱਦ ਹੋ ਗਈ, ਜਦਾਂ ਵਗਾਵਣੇ ਢੋਲੇ, ਨਚਾਵਣੇ ਕੰਜਰ, ਤਾਰੀਖ ਵੇਖਣ ਦਾ ਮਤਲਬ ਸਭ ਤੋਂ ਬੜੀ ਨਾ ਉਸਾ, ਜਦਾਂ ਹਰ ਕੰਮ ਕਰਨਾ ਖਿਲਾਫੇ ਸ਼ਰਾ ਹੈ, ਆਲਮੇ ਦੀਨ ਕੋਲ ਵੰਜ ਕੇ, ਉਹ ਜੀ ਬੜਾ ਅੱਛਾ ਦਿਨ ਹੋਵੇ ਜੀ, 18 ਜ਼ੁਲਹਿਜਾ ਹੋਵੇ, ਈਦੇ ਗਦੀਰ ਹੋਵੇ, 13 ਰਜਬ ਹੋਵੇ, 15 ਸ਼ਾਬਾਨ, ਏਡੀ ਏਤਿਆਦ ਤਾਂ ਕਰ, ਕਨੀ ਦੇ ਜ਼ਹਰਾ ਦੀ ਰੁਖਸੀ ਇੰਜ ਕਰ ਜਿਵੇਂ ਪੈਗੰਬਰ ਜ਼ਹਰਾ ਦੀ ਰੁਖਸੀ ਕੀਤੀ। ਹਾਂ, ਏਡੀ ਏਤਿਆਦ ਤਾਂ ਕਰ ਜੋ ਹਰ ਕੰਮ ਸ਼ਰੀਆ ਦੇ ਮੁਤਾਬਿਕ। ਹਾਂ, ਜਦਾਂ ਢੋਲ ਜਾਈ ਨਾ ਹੁੱਸਾ ਤੇਰੇ ਘਰ, ਜਦਾਂ ਸ਼ਰਾਬੋ ਕਬਾਬ ਤੇਰੇ ਪੁੱਤਰ ਦੀ ਸ਼ਾਦੀ ਤੇ, ਜਦਾਂ ਬੇਹਯਾਈ ਤੇ ਬੇਪਰਦਗੀ ਕਨੀ ਦੇ ਜ਼ਹਰਾ ਦੀ ਰੁਖਸੀ ਤੇ। ਅੱਛਾ ਡੇਰੇ ਤੇ ਮੈਂ ਬੜਾ ਖਾਨ ਸਾਹਿਬ ਵੀ ਹਾਂ, ਮੈਂ ਕਿਬਲਾ ਸਾਹਿਬ ਵੀ ਹਾਂ, ਮੈਂ ਆਲੇ ਮੇਦੀਨ ਵੀ ਹਾਂ, ਮੈਂ ਤਾਲੇ ਬਿਲਮ ਵੀ ਹਾਂ, ਡੇਰੇ ਤੇ ਬੈਠਿਆ ਬੜਾ ਨਾਜ਼ੇ, ਸਫੈਦ ਕਾਟਨ ਹੀ ਹੈ, 50 ਬੰਦੇ ਹੀ ਬੈਠੇ, ਮੇਰੀ ਗੈਰਤ ਦਾ ਜਨਾਜ਼ਾ ਨਾ ਨਿਕਲ ਗਿਆ, ਜਦਾਂ ਮੇਰੇ ਘਰ ਇੱਕ ਬੇਹਯਾ ਗੈਰ ਮਹਿਰਮ ਮੇਰੇ ਪਰਦੇਦਾਰਾਂ ਦੀ ਵੀਡੀਓ ਬਣਾ ਰਹੇ ਹੋਵੇ, ਗੈਰਤ ਮੁੱਕ ਗਈ। اللهم صل على محمد وعلى آل محمد۔ سفید کاٹن دا نام تے غیور ہونا نہیں، اے دارے تے 50-100 بندہ میرے گوڑے پکڑیندا بیٹھے ہوئے، ایندا نام تا مقام و مرتبہ نہیں، پہرے گھر وچ دین نافذ کر۔ تیری نماز، تیری دات الحنق، تیرے واجبات، اے تیری یہ داڑھی دا واجب ادا کرنا، تیرا اعتیاد نال زندگی گزارنا، پتہ لگ سی جو دھیاں پتراں دی شادی تے پتہ لگ سی اپنے ایمان وچ خالص کتنا۔ اس واسطے جو عقیدہ تا دل دی کیفیت دا نام ہے، تو کتنا توحید دا قائل، تو کتنا نبوت دا قائل، تو کتنا امامت دا قائل، تو کتنا برو دے معاشر دے سوال تے پیشی دا قائل، اے تیرا کردار دسے سی، اے عمل تو پتہ لگ سی، اے خوشی غمی تو پتہ لگ سی، جو آل محمد دے دین نو نظام حیات دے طور تے کتنا نافذ کی۔ ਹਾਂ, ਸ਼ਾਮ ਦੇ ਅਮੀਰ ਦੇ ਗੁਲਾਮ ਤੇ ਅਲੀ ਦੇ ਗੁਲਾਮ ਦੀ ਸ਼ਾਦੀ ਦੇ ਫਰਕ ਦਾ ਹੀ ਪਤਾ ਨਾ ਲੱਗੇ, ਜੋ ਆਲੇ ਮੁਹੰਮਦ ਦੀ ਸੀਰਤ ਕਿਆ ਹੈ। ਹਾਂ, ਗੈਰਤ ਦਾ ਜਨਾਜ਼ਾ ਨਿਕਲ ਗਿਆ, ਇੱਕ ਬੇਹਯਾ ਗੈਰ ਮਹਿਰਮ ਘਰ ਚ ਮੇਰੇ ਪਰਦੇਦਾਰਾਂ ਦੀ ਵੀਡੀਓ ਬਣਾ ਰਹੇ, ਅੱਲਾ ਜਾਣੇ ਉਹ ਬੇਹਯਾ ਕਿਸ ਕਿਸ ਕਮੀਨੇ ਦੇ ਸਾਹਮਣੇ ਉਹ ਵੀਡੀਓ ਪੇਸ਼ ਕਰੇ, ਨਾ ਗੈਰਤ ਨਾ ਹਯਾ। ਹਾਂ, ਕਨੀਜ਼ੇ ਜ਼ਹਰਾ ਦੀ ਰੁਖਸਤੀ ਕਰ ਜਿਵੇਂ ਪੈਗੰਬਰ ਆਲਮੀਨ ਦੀ ਔਰਤਾਂ ਦੀ ਸਰਦਾਰ ਬਤੂਲ ਦੀ ਰੁਖਸਤੀ ਕੀਤੀ। ਪਰਦਾ, ਹਯਾ, ਗੈਰਤ, ਸ਼ਰਾਫਤ,
ایک مومن اور مومنہ دی نوی زندگی دی ابتدا آغازی فعل حرام تو ہے رحمت دی توقع کیسے, آغازی فعل حرام تو ہے خالق کائنات دی مہربانیاں دی توقع کیسی, او توتی کریم ذات نا نا فرمانیاں کر 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 کے رزق اس ادا کیتا خرچ شراب تے چا کیتا, دولت اس ادا کیتی خرچ بے حیائی تے چا کیتی, وتی تیرا اور میرا رزق بندن اس کیتا, اس واسطے جو اتنا رحیم ہے او اللہ اتنی رحمان ہے او ذات مہلت دیتی اس متا کبھی ضمیر زندہ ہو اس تے لگاوے, اس واسطے فرمایا عقیدہ مثال بیج, عمل تے کردار اس بیج جو اگن والے پودے دا نام ہے, کم از کم اپنے گھر دی چار دیواری, کم از کم اپنے 6 فٹ دے بدن تے تا اسلام نافذ کر, کم از کم اپنے وجود تے تا اسلام نافذ کر, جو پتہ لگے آل محمد دے دین دی حقیقت کیا ہے, کم از کم معاشرے چ فرق تا نظر آوے, علماء دی بزم چ بیٹھنا دا مطلب فقط علماء دی مجلس سننا نہیں, جلسہ کرامنا نہیں, پہلے گھر دی چار دیواری تے دین نافذ کر, اپنی اولاداں تے دین نافذ کر.